मैं गुरशरद सिंह। ਕੁਸ਼ਨ ਸਿੰਘ ਜੀ, ਇਸ ਤੋਂ ਪਹਿਲਾਂ ਵੀ ਤੁਹਾਡੇ ਦੁਆਰਾ ਜਿਹੜਾ ਕਿਸਾਨ ਦਿੱਲੀ ਜਾਣਾ ਚਾਹੁੰਦੇ ਉਹਨਾਂ ਲਈ ਲੰਗਰ ਲਗਾਇਆ ਗਿਆ ਸੀ ਪੈਟਰੋਲ ਅਤੇ ਡੀਜ਼ਲ ਦਾ, ਇਸ ਵਾਰੀ ਫਿਰ ਲਗਾਇਆ ਗਿਆ, ਲੇਕਿਨ ਜਿਹੜੀ ਮੇਨ ਗੱਲ ਹੈ ਕਿਸਾਨਾਂ ਦਾ ਸਿੱਟਾ ਨਹੀਂ ਨਿਕਲ ਰਿਹਾ ਹੁਣ ਤੱਕ, ਲਗਾਤਾਰ ਧਰਨਾ ਜਾ ਰਿਹਾ, ਕੀ ਕਰਨਾ? ਵੇਖੋ ਜੀ, ਜਿਹੜੀ ਗੱਲ ਲੰਗਰ ਦੀ ਹੈ, ਸਾਡੇ ਬਾਬੇ ਨਾਨਕ ਦਾ ਲਾਇਆ ਲੰਗਰ ਆ, ਇਹ 550 ਸਾਲ ਤੋਂ ਚੱਲਦਾ ਆਉਂਦਾ ਅਤੇ ਜਿੰਨਾ ਚਿਰ ਇਹ ਕਾਇਨਾਤ ਆ ਉਨਾ ਚਿਰ ਇਹ ਚੱਲਦਾ ਰਹਿਣਾ ਲੰਗਰ। ਅੱਜ ਕੁਲਚਿਆਂ ਦਾ ਵੀ ਲੱਗਾ ਆ, ਪੂੜੀਆਂ ਛੋਲਿਆਂ ਦੇ ਵੀ ਲੱਗੇ ਨੇ, ਚਾਹ ਦੇ ਵੀ ਲੰਗਰ ਨੇ, ਡੀਜ਼ਲ ਦਾ ਵੀ ਫ੍ਰੀ ਸੇਵਾ ਹੈ, ਜਿੰਨੇ ਵੀ ਜਾਣ ਵਾਲੇ ਨੇ ਸਾਰੀਆਂ ਟੈਂਕ ਜਿਹੜੀਆਂ ਭਰੀਆਂ ਫੁੱਲ ਕੀਤੀਆਂ ਜਾ ਰਹੀਆਂ। ਜਿਹੜੀ ਗੱਲ ਸਰਕਾਰ ਦੀ ਆ, ਅੱਜ ਸੋਨੀਪਤ ਪਾਣੀਪਤ ਤੱਕ ਜਿਹੜਾ ਆ ਉਹ ਜਾਮ ਆ ਗਿਆ ਜਾਂ ਆਜੂਗਾ। ਹੁਣ 80 ਸਾਲ ਦੀ ਮਾਤਾ ਟਰਾਲੀ 'ਚ ਬੈਠੀ, ਜਦੋਂ ਉਹਨਾਂ ਸਵੇਰੇ ਕਿਤੇ ਬਾਹਰ ਅੰਦਰ ਜਾਣਾ ਜਾਂ ਕੋਈ ਨਹਾਉਣਾ ਧੋਣਾ, ਦੇਖੋ ਹੈ ਕੋਈ ਦਿਖਦਾ, ਕੋਈ ਸੋਚੋ ਵੀ ਕਿੱਥੇ ਕੀ ਹੋਊਗਾ, ਕਿੱਥੇ ਜਾਣਗੇ। ਇਹ ਸਰਕਾਰ ਜਿਹੜੀ ਆ ਅੰਨੀ ਹੋ ਗਈ ਆ, ਇਹ ਹੁਕਮਰਾਨ ਗੂੰਗਾ ਬਹਿਰਾ ਬੋਲਾ ਹੋ ਗਿਆ, ਇਹ ਸਿਰਫ ਆਪਣੀ ਈਗੋ ਲੈ ਕੇ ਬੈਠੇ ਆ ਵੀ ਅਸੀਂ ਵਾਪਸ ਲੈ ਲਏ, ਸਾਨੂੰ ਕੀ ਕਹਿਣਗੇ, ਮੋਦੀ ਨੇ ਕਾਨੂੰਨ ਵਾਪਸ ਲੈ ਲਏ। ਮੋਦੀ ਦਾ ਗਲਤ ਫੈਸਲਾ, ਇਨਸਾਨ ਗਲਤੀਆਂ ਦਾ ਪੁਤਲਾ, ਗਲਤੀ ਕਿਸੇ ਕੋ ਵੀ ਹੋ ਸਕਦੀ ਆ, ਸਰਕਾਰ ਨੇ ਮੰਨ ਲਿਆ ਨਾ ਵੀ ਅਸੀਂ ਇਹ 'ਚ ਖਾਮੀਆਂ ਨੇ, ਉਹ ਅਸੀਂ ਸੋਧ ਕਰ ਦਿੰਦੇ ਹਾਂ, ਇਹਨੂੰ 2 ਸਾਲ ਡਿਲੇਅ ਕਰ ਦਿੰਦੇ ਹਾਂ, ਅਤੇ ਇਹਨੂੰ ਫਿਰ ਰੱਦ ਕਰਨ 'ਚ ਕੀ ਇਤਰਾਜ਼ ਆ। ਅੱਜ 70 ਸ਼ਹੀਦ ਹੋ ਗਏ ਨੇ, ਜਥੇਬੰਦੀਆਂ ਨੇ ਕਿਹਾ 700 ਸ਼ਹੀਦ ਹੋ ਜੇ, 7000 ਹੋ ਜੇ, ਇਹ ਜਿਹੜੀ ਜੰਗ ਆ ਉਹ ਅਸੀਂ ਜਿੱਤ ਕੇ ਮੁੜਨੀ ਆ, ਇਹ ਆਪਣੇ ਹੱਕ ਲੈ ਕੇ ਮੁੜਨਾ, ਨਹੀਂ ਤਾਂ ਉੱਥੇ ਜਿਹੜੀ ਆ ਜਿੰਨਾ ਚਿਰ ਦੇਖੋ 6-6 ਮਹੀਨੇ ਦਾ ਰਾਸ਼ਨ ਜਿਹੜੇ ਅਸੀਂ ਪਹਿਲਾਂ ਲੈ ਕੇ ਗਏ ਹਨ, ਉਹ ਅੱਜ ਵੀ ਟਰਾਲੀਆਂ 'ਚ ਪਿਆ ਵਾ, ਅਤੇ ਪਿੱਛੋਂ ਹਰ ਟਰਾਲੀ 'ਚ ਲੱਦੀ ਜਾ ਰਹੀ ਆ, ਅਤੇ ਉੱਥੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਆ। ਅਤੇ ਇਹ ਭਾਵੇਂ ਅੱਜ ਮੰਨਣ ਭਾਵੇਂ 6 ਮਹੀਨਿਆਂ ਨੂੰ ਮੰਨਣ, ਜਿਹੜੇ ਇਹ ਰਹਿਣ ਬਸੇਰੇ ਟਰਾਲੀਆਂ 'ਚ ਬਣੇ ਨੇ ਉੱਥੇ ਆਪਣੇ ਪੱਕੇ ਟੈਂਟ ਬਣ ਗਏ ਨੇ, ਜੇ ਨਾ ਅੜਨਗੇ ਤਾਂ ਪੱਕੇ ਕੋਠੇ ਵੀ ਪੈ ਜਾਣੇ, ਪੱਕੇ ਬਾਥਰੂਮ ਵੀ ਬਣ ਜਾਣਗੇ ਸੜਕਾਂ 'ਤੇ। ਜਿਹੜਾ 26 ਤਰੀਕ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ, ਉਹਦੇ ਵੱਲੋਂ ਤੁਹਾਡੇ ਨਾਲ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਕਿ ਮਹਿਲਾਵਾਂ ਨੂੰ ਵੀ ਇੱਥੋਂ ਭੇਜਿਆ ਜਾਏਗਾ? ਬਿਲਕੁਲ ਸਰ, ਨੌਜਵਾਨ, ਬੱਚੇ, ਬਜ਼ੁਰਗ, ਮਾਤਾਵਾਂ ਸਾਰੇ ਜਾ ਰਹੇ ਨੇ, ਜਿਹੜੇ ਸਾਡੇ ਅੱਗੇ ਵੇਖੋ ਬਜ਼ੁਰਗ ਸਾਡੇ ਜਿਹੜੇ ਜਥੇਬੰਦੀਆਂ ਦੇ ਆਗੂ ਲੱਗੇ ਨੇ, ਜੋ ਉਹਨਾਂ ਦਾ ਹੁਕਮ ਆ ਉਹ ਸਾਨੂੰ ਮੰਨਣਾ ਚਾਹੀਦਾ। ਹਰ ਨੌਜਵਾਨ ਨੂੰ ਮੈਂ ਬੇਨਤੀ ਕਰਦਾ ਵੀ ਨੌਜਵਾਨਾਂ 'ਚ ਜੋਸ਼ ਅਤੇ ਹੋਸ਼ ਤੋਂ ਸਾਨੂੰ ਕੰਮ ਲੈਣਾ ਚਾਹੀਦਾ। ਉਹ ਸਾਡੇ ਜਿਹੜੇ ਆਗੂ ਨੇ ਬਹੁਤ ਸੋਹਣੀ ਲੜਾਈ ਲੜ ਰਹੇ ਆ, ਉਹਨਾਂ ਨੂੰ ਆਪਾਂ ਅੱਗੇ ਹੋ ਕੇ ਲੜਾਈ ਲੜਨ ਦੀ ਹੈ, ਉਹਨਾਂ ਦਾ ਹਰ ਹੁਕਮ ਵਜਾਈਏ, ਪਿੱਛੋਂ ਉਹਨਾਂ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਖਲੋਈਏ, ਅਤੇ ਮਤਲਬ ਜੋ ਵੀ ਆਪਾਂ ਅਨੁਸ਼ਾਸਨ ਦੇ ਵਿੱਚ ਰਹੀਏ, ਕੋਈ ਇਹੋ ਜਿਹੀ ਮਤਲਬ ਜੇ ਹਾਂ ਜੇ ਸਾਡੇ ਨਾਲ ਕੋਈ ਜਾਸਤੀ ਕਰਨਗੇ ਫਿਰ ਕੋਈ ਉਹਨਾਂ ਦਾ ਲਿਹਾਜ਼ ਨਹੀਂ ਕਿਸੇ ਦਾ, ਜੇ ਉੱਦਾਂ ਵੈਸੇ ਸ਼ਾਂਤਮਈ ਸਾਨੂੰ ਰਹਿਣਾ ਚਾਹੀਦਾ, ਕਿਸੇ ਨਾਲ ਕੋਈ ਜਾਸਤੀ ਨਹੀਂ ਕਰਨੀ ਚਾਹੀਦੀ। ਅਸੀਂ ਇਹ ਜੰਗ ਜਿੱਤ ਲਈ ਆ, ਮੇਰੇ ਖਿਆਲ ਨਾਲ ਜ਼ਿਆਦਾ ਦਿਨ ਹੁਣ ਇਹ ਰਹਿਣਾ ਨਹੀਂ ਹੈ। ਜਿੰਨਾ ਵੱਡਾ ਅੰਦੋਲਨ ਹੋ ਰਿਹਾ, ਜਿੰਨੇ ਲੋਕ ਵੱਡੀ ਤਾਦਾਦ 'ਚ ਜਾ ਰਹੇ ਨੇ ਦਿੱਲੀ, ਜਿੰਨਾ ਵੱਡਾ ਘੇਰਾ ਦਿੱਲੀ ਨੂੰ ਪੈ ਰਿਹਾ, ਇਹ ਦਿੱਲੀ ਦੇ ਵੱਸ ਦੀ ਗੱਲ ਨਹੀਂ ਹੈ। ਹੁਣ ਇਹ ਦਿੱਲੀ ਨੂੰ ਮੰਗ ਮੰਨਣੀ ਪੈਣੀ। ਜੀ, ਆਪਣਾ ਨਾਮ ਜੀ? ਸ਼ੇਰਜੰਗ ਸਿੰਘ। ਹਾਂਜੀ ਸਰ, ਕਿੱਥੋਂ ਆਏ ਸਰ ਆਪਾਂ? ਪਿੰਡ ਬਠਾਣਾ ਨੰਗਲੋਂ। ਹਾਂਜੀ, ਕਿੱਧਰ ਨੂੰ ਜਾ ਰਹੇ? ਅਸੀਂ ਦਿੱਲੀ ਸਿੰਘੂ ਬਾਰਡਰ 'ਤੇ। ਸਰ, ਜਿਹੜਾ ਅਨੋਖਾ ਲੰਗਰ ਅੱਜ ਦੇਖਣ ਨੂੰ ਮਿਲਿਆ, ਕੀ ਕਹਿਣਾ ਚਾਹੋਗੇ? ਇਹ ਬਹੁਤ ਨੌਜਵਾਨ ਪਾਰਟੀ ਨੇ ਬਹੁਤ ਜ਼ਿਆਦਾ ਪ੍ਰਬੰਧ ਕੀਤਾ, ਇੱਥੋਂ ਖਿੱਚਾ ਖੰਡ ਆਏ ਹਾਂ, ਨਾਲੇ ਸਾਨੂੰ ਇਹ ਪੈਟਰੋਲ ਪੰਪ ਵਾਲੇ ਜਿਹੜੇ ਨੌਜਵਾਨਾਂ ਨੇ ਕਿਰਪਾ ਕੀਤੀ ਆ, ਉਹ ਸਾਨੂੰ ਤੇਲ ਵੀ ਫ੍ਰੀ ਪਾ ਦੇਣ ਡੇ, ਟੈਂਕੀ ਭਰਦੀ ਆ ਜੀ। ਇੱਕ ਬੰਦੇ ਦਿੱਲੀ ਸਰਕਾਰ ਜਿਹੜੀ ਉਹ ਕਹਿੰਦੀ ਕਿ ਜਿਹੜੀ 26 ਤਰੀਕ ਨੂੰ ਟਰੈਕਟਰ ਮਾਰਚ ਨਹੀਂ ਕੱਢਣ ਦਿੱਤਾ ਜਾਵੇਗਾ, ਉਹਦੇ ਬਾਰੇ ਤੁਸੀਂ ਕੀ ਕਹਿੰਦੇ? ਅਸੀਂ ਜੀ ਚੱਲੇ ਹੀ ਇਸੇ ਕਰਕੇ ਪਰੇਡ ਦੇ ਵਿੱਚ ਜਾਣਾ ਆ, ਤੇ ਜੋ ਵੀ ਮਰਜ਼ੀ ਹੋਵੇ ਅਸੀਂ ਪਰੇਡ ਉੱਥੇ ਜਾਣਾ, ਜੋ ਵੀ ਸਾਡੇ ਕਿਸਾਨ ਆਗੂਆਂ ਨੇ ਕਿਹਾ ਵਾ ਅਸੀਂ ਉਹਦੇ ਕਰਕੇ ਚੱਲ ਜਾਣਾ ਵਾ। ਕੱਲ੍ਹ ਦਿੱਲੀ ਪੁਲਿਸ ਦੇ ਨਾਲ ਮੀਟਿੰਗ ਹੋਈ ਆ, ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਉਹ ਜੋ ਸਾਡੇ ਉੱਥੇ ਸਰਕਾਰ ਆਗੂ ਨੇ ਬੈਠੇ ਨੇ ਸਾਡੇ ਪ੍ਰਬੰਧਕ, ਉਹ ਜਿਸ ਤਰ੍ਹਾਂ ਵੀ ਕਹਿਣਗੇ ਅਸੀਂ ਉਹਨਾਂ ਦੇ ਨਾਲ ਆ। ਅੱਜ ਕਿੰਨੇ ਟਰੈਕਟਰ ਜਿਹੜੇ ਇੱਥੋਂ ਦਿੱਲੀ ਨੂੰ ਜਾ ਰਹੇ ਆ? ਸਾਡੇ ਜੀ ਕੋਈ 12-13 ਇਕੱਠੇ ਜਾ ਰਹੇ ਆ ਜੀ। ਆਪਣਾ ਨਾਮ ਜੀ? ਸਰਦਾਰ ਮੇਜਰ ਸਿੰਘ ਜੀ। ਹਾਂਜੀ ਸਰ, ਕਿੱਥੋਂ ਆਏ? ਮੈਂ ਜੀ ਜੌਲਾਂ ਤੋਂ ਜੀ, ਅੱਜ ਨਾਲਾ ਤਹਿਸੀਲ ਹੈ, ਪਿੰਡ ਜੌਲ ਹੈ ਜੀ। ਹਾਂਜੀ, ਹੁਣ ਤੁਸੀਂ ਅੱਜ ਦਿੱਲੀ ਵੱਲ ਨੂੰ ਜਾ ਰਹੇ ਹੋ, ਤੁਸੀਂ ਜਿਹੜੀ ਤੁਹਾਡੀ ਤੁਹਾਡੀ ਸੇਵਾ ਕੀਤੀ ਜਾ ਰਹੀ ਹੈ, ਕੀ ਕਹਿਣਾ ਚਾਹੋਗੇ? ਸੇਵਾ ਜੀ ਸੰਗਤਾਂ ਪਹਿਲਾਂ ਹੀ ਬਹੁਤ ਕਰਦੀਆਂ ਪਏ ਜੀ, ਇਹਨਾਂ ਵੀ ਕੀਤੀ, ਇਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਜੀ। ਸੇਵਾ ਜੀ ਸੰਗਤ ਇਹਨਾਂ ਦੇ ਲੜਦੇ ਪਏ, ਜੋ ਲੜਦੇ ਪਏ ਸੇਵਾ ਚੱਲੇਗੀ ਤਾਂ ਲੜਾਈ ਹੋਣੀ ਆ। ਵੱਖੋ ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ, ਪਰ ਇਹ ਡੀਜ਼ਲ ਦਾ ਅਨੋਖਾ ਲੰਗਰ ਲਗਾਇਆ ਜਾ ਰਿਹਾ, ਇਹਦੇ ਬਾਰੇ ਕੀ ਕਹਿਣਾ? ਡੀਜ਼ਲ ਦਾ ਲੰਗਰ ਜਿਹੜਾ ਕਿ ਨੌਜਵਾਨ ਵੀਰਾਂ ਨੇ ਲਾਇਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਕਿਸ ਤਰ੍ਹਾਂ ਕਿ ਕਈ ਕਿਸਾਨ ਜਿਹੜੇ ਡੀਜ਼ਲ ਫੋਨ ਪਾ ਨਹੀਂ ਜਾ ਰਹੇ ਆਰਥਿਕ ਤੌਰ 'ਤੇ ਵੀ, ਉਹ ਹੁਣ ਇਸ ਮਦਦ ਨਾਲ ਬਹੁਤ ਸਾਰੀ ਨੂੰ ਮਿਲੀ ਆ, ਸਹੂਲਤ ਮਿਲ ਗਈ, ਤਾਂ ਸਾਰੇ ਜਾਣਗੇ ਜੀ। ਤੁਹਾਨੂੰ ਲੱਗਦਾ ਕਿ ਦਿੱਲੀ ਦੇ ਵਿੱਚ ਜਿਹੜਾ ਵਾ ਜਿਹੜੀ ਮੀਟਿੰਗਾਂ ਹੁਣ ਰੱਦ ਹੋ ਰਹੀਆਂ, ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਹੋਏਗੀ? ਰੱਦ ਤੋਂ ਪਹਿਲਾਂ ਵੀ ਹੁੰਦੀਆਂ ਸੀ, ਜੇ ਰੱਦ ਹੁੰਦੀਆਂ ਤਾਂ ਹੋ ਜਾਣਾ, 2024 ਦਾ ਟਾਰਗੇਟ ਆ, ਟਾਰਗੇਟ 2024 ਤੱਕ ਜਿੰਨੀਆਂ ਮਰਜ਼ੀ ਰੱਦ ਕਰ ਲਏ, ਜਦੋਂ ਮਰਜ਼ੀ ਕਰ ਲਏ, ਉਹਦੀ ਮਰਜ਼ੀ ਹੈ।
बिल्कुल सफल है जी। अज तक जिन्हें भी किसान जथेबंदियों ने अकाल दी है उतो जथेबंदी कोई पछाण नहीं हटी, हर अकाल उन्होंने पूरी की है भी पूरी होएगी, शांतमई रहेंगे, शांतमई तौर पर जथेबंदी के हुक्मों से अकाल पूरी करांगे जी।